ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਰਾਮ ਸਿੰਘ ਜੀ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚੱਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸਰਦਾਰ ਰਾਮ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਗੋਪਾਲਪੁਰ ਨੇੜੇ ਡੇਲੋ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਆਪਣੇ ਆਉਣ ਵਾਲੇ ਕਰਤਾ ਤਾਂ ਇਹਨਾਂ ਨੇ ਫੈਸਲਾ ਉਹ ਕਰਿਆ ਜੋ ਕਿ ਚੈਲੇਂਜਿੰਗ ਲਾਈਫ ਆਦਮੀ ਦੀ ਲਾਈਫ ਨੂੰ ਆਦਮੀ ਦੀ ਲਾਈਫ ਉਹ ਲਾਈਫ ਹੈ ਜਿੱਥੇ ਸੱਚਾਈ ਇਮਾਨਦਾਰੀ ਦ੍ਰਿੜਤਾ ਔਰ ਵਫਾਦਾਰੀ ਦਾ ਸਬਕ ਪੜ੍ਹਾਇਆ ਜਾਂਦਾ ਹੈ। ਸਰਦਾਰ ਰਾਮ ਸਿੰਘ ਨੇ ਤਕਰੀਬਨ 22-23 ਸਾਲ ਆਰਮੀ ਦੇ ਵਿੱਚ ਨੌਕਰੀ ਕਰੀ। ਰਿਟਾਇਰਮੈਂਟ ਤੋਂ ਬਾਅਦ ਆ ਕੇ ਆਪਣਾ ਪਿਤਾ ਪੁਰਖੀ ਧੰਦਾ ਆਪਣੇ ਦੋਨੋ ਲੜਕਿਆਂ ਨਾਲ ਪਰਵਿੰਦਰ ਸਿੰਘ ਔਰ ਹਰਬੰਸ ਸਿੰਘ ਨਾਲ ਰਲ ਕੇ ਖੇਤੀ ਦਾ ਕੰਮ ਸ਼ੁਰੂ ਕਰ ਦਿੱਤਾ। ਉਹਦੇ ਵਿੱਚ ਕਿਉਂਕਿ ਖੇਤੀਬਾੜੀ ਇੱਕ ਸੰਘਰਸ਼ ਹੈ, ਸੰਘਰਸ਼ ਵੀ ਇਹੋ ਜਿਹਾ ਜਿਹੜਾ 24 ਘੰਟੇ ਲੜਨਾ ਪੈਂਦਾ ਹੈ ਦਿੱਤੀ ਗਈ
ਲਾਹੌਰ ਫਿਰ ਕਿਤੇ ਜਾ ਕੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੁੰਦੇ ਨੇ। ਇਹ ਪਰਿਵਾਰ ਖੇਤੀਬਾੜੀ ਦੇ ਵਿੱਚ ਵੀ ਬੜਾ ਕਾਮਯਾਬ ਰਿਹਾ। ਮੈਂ ਸਮਝਦਾ ਹਾਂ ਕਿ ਸਰਦਾਰ ਰਾਮ ਸਿੰਘ ਦੀ ਗਾਈਡੈਂਸ ਸੀ, ਦ੍ਰਿੜਤਾ ਸੀ ਔਰ ਉਹਦੀ ਸੋਚ ਸੀ ਕਿ ਬੱਚਿਆਂ ਨੂੰ ਸਭ ਤੋਂ ਬੜੀ ਗੱਲ ਕਿ ਨਸ਼ੇ ਤੋਂ ਬਚਾ ਕੇ ਰੱਖਿਆ। ਸਾਰਾ ਸੰਸਾਰ ਸਮਾਜ ਰਿਸ਼ਤੇਦਾਰਾਂ ਦੀ ਖੇਤਰੀ ਇਹੀ ਰਿਸ਼ਤੇਦਾਰੀਆਂ ਜੀਵਨ ਦੀ ਸਿਰਜਣਾ ਕਰਦਾ ਵਰਤਾਰਾ ਆਪਣੇ ਸਾਰਾ ਗੱਲਾਂ ਖੋਲਦੇ ਨੇ ਜੰਗ ਦੇ ਬਾਅਦ ਮਨੁੱਖੀ ਜੀਵਨ ਪਾਣੀ ਦੇ ਅੰਦਰ ਜੋ ਪਾਣੀ ਚੜਦੇ ਆ ਪਾਣੀ ਸੁਣ ਜਾਂਦੇ ਜਦੋਂ ਵੀ ਉਹ ਪਾਣੀ ਪੈਦਾ ਹੁੰਦਾ ਉਦੋਂ ਵੀ ਉਹ ਮੌਤ ਤੋਂ ਲੜ ਲੈ ਲੇਕਿਨ ਕਾਰਨ ਟੂਰਿਜ਼ਮ ਤੇ ਵਾਹਿਗੁਰੂ ਦੇ ਪਾਣੀ ਤੋਂ ਵਾਕਿਫ ਹੋ ਜਾਂਦਾ। ਇਸ ਪਾਣੀ ਦੇ ਜ਼ਰੂਰੀ ਸਮਝੋ ਜਦੋਂ ਵੀ ਤੁਹਾਡੇ ਸ਼ਰਦਾ ਤਾਂ ਲੋਕੀ ਦਿਨਾਂ ਦਾ ਰਹਿਣਾ ਬੜਾ ਬੇਨਤੀ ਹੈ ਪਰਿਵਾਰ ਵੱਲੋਂ ਕਈ ਲੰਗਰ ਛਕ ਕੇ ਜਾਇਓ ਚਾਹ ਦਾ ਲੰਗਰ ਵੀ ਹਾਜ਼ਰ